ਸਰਾਦਾਂ ਦੇ ਦਿਨਾਂ ਵਿੱਚ ਵੇਖਾ ਵੇਖੀ ਦੀ ਗੱਲ ਮੈਂ ਉਸ ਤੋਂ ਅੱਗੇ ਚੱਲਾਂਗਾ। ਇੱਕ ਜੱਟ ਚਲਾ ਗਿਆ ਪੰਡਿਤ ਕੋਲੇ, ਕਹਿੰਦਾ ਮੈਂ ਬਾਪੂ ਦਾ ਸਰਾਦ ਕਰਨਾ। ਪੰਡਿਤ ਜੀ ਨੇ ਕਿੰਨਾ ਸਾਰਾ ਸਮਾਨ ਲਿਖਾਤਾ। ਜੱਟ ਮੁੱਕਰ ਗਿਆ, ਕਹਿੰਦਾ ਮੈਂ ਨਹੀਂ ਕਰਨਾ ਕੋਨਾ, ਰਹਿਣ ਦੇ। ਪੰਡਿਤ ਜੀ ਵਿਹਲੇ ਬੈਠੇ ਸੀ, ਕਹਿੰਦੇ ਮੁੜਿਆ ਇੱਕ ਸਸਤਾ ਕੰਮ ਵੀ ਹੈਗਾ, ਇੱਕ ਸਰਾਧਣੀ ਹੁੰਦੀ ਤੂੰ ਸਰਾਧਣੀ ਕਰ ਲਾ। ਉਹਨੂੰ ਪਤਾ ਨਹੀਂ ਸੀ, ਕਹਿੰਦਾ ਸਰਾਧਣੀ 'ਚ ਕਿੰਨਾ ਖਰਚਾ ਹੋ। ਕਹਿੰਦਾ ਪਾਈ ਆ ਕਿ ਖੀਰ ਬਣਾ ਲਈ, ਅੱਧ ਪਾ ਕੜਾਹ ਬਣਾ ਲਈ, ਪੈਸਾ ਕੁ ਭੇਟਾ ਦੇ ਦੀ, ਜੇ ਮੀਟਰ ਕੱਪੜਾ ਦੇਣਾ ਦੇ ਦੀ, ਨਹੀਂ ਦੇਣਾ ਨਾ ਦੇਈ। ਜੱਟ ਦਾ ਵੀ ਮਨ ਬਣ ਗਿਆ ਵੀ ਨਾਲੇ ਬਾਪੂ ਖੁਸ਼ ਹੋ ਜੂ, ਨਾਲੇ ਸਰਾਧ ਖੁਆਇਆ ਜਾਊ, ਨਾਲੇ ਲੋਕੀ ਖੁਆਈ ਜਾਂਦੇ, ਚੱਲ ਆਪਣੀ ਸਰਾਧਣੀ ਵੀ ਵਿੱਚੇ ਨਿਕਲ ਨੁਕਲ ਜਾਊ। ਮਿੱਥੇ ਦਿਨ 'ਤੇ ਪੰਡਿਤ ਜੀ ਖਾਣ ਆ ਗਏ, ਜਦੋਂ ਖੀਰ ਕੜਾਹ ਖਾ ਲਿਆ, ਜੱਟ ਕਹਿੰਦਾ ਪੰਡਿਤ ਜੀ ਕੋਈ ਮੰਤਰ ਮੁੰਤਰ ਨਹੀਂ ਪੜ੍ਹਨਾ। ਪੰਡਿਤ ਜੀ ਨੇ ਸੋਚਿਆ ਭੋਲਾ ਭਾਲਾ ਬੰਦਾ, ਪਹਿਲੀ ਵਾਰ ਸਾਮੀ ਫਸੀ ਹੈ, ਇਹਦਾ ਵੀ ਮਨ ਪੱਕਾ ਕਰ ਦਈਏ। ਕਹਿੰਦਾ ਆਪਾਂ ਦੋਵੇਂ ਰਲ ਕੇ ਮੰਤਰ ਪੜ੍ਹਦੇ ਹਾਂ। ਉਹ ਕਹਿੰਦਾ ਵੀ ਸਾਡੇ ਖਾਨਦਾਨ 'ਚ ਤਾਂ ਕਦੀ ਕਿਸੇ ਨੇ ਮੰਤਰ ਕੋਈ ਪੜ੍ਹਿਆ ਨਹੀਂ। ਉਹ ਕਹਿੰਦਾ ਤੂੰ ਨਕਲ ਮਾਰਨੀ ਆ, ਮੈਂ ਅੱਗੇ ਅੱਗੇ ਬੋਲੀ ਜਾਊਂ, ਤੂੰ ਪਿੱਛੇ ਪਿੱਛੇ ਬੋਲੀ ਜਾਈਂ। ਅਤੇ ਨਕਲ ਮਾਰਨ ਨੂੰ ਪੰਜਾਬੀ ਸ਼ੇਰ ਨੇ, ਇਹਨਾਂ ਨੂੰ ਕਹਿ ਦੇਵੇ ਨਕਲ ਮਾਰ ਕੇ, ਭਾਵੇਂ ਇਹਨਾਂ ਕੋਲੋਂ ਐਮ ਏ ਫਾਰਸੀ ਦੀ ਕਰਾ ਲਓ, ਭਾਵੇਂ ਪੰਜਾਬੀ ਵੀ ਨਾ ਆਉਂਦੀ ਹੋਵੇ, ਵੇਖ ਕੇ ਲਕੀਰਾਂ ਵਾਹ ਦੇਣਗੇ। ਦੋਵੇਂ ਜਾਣੇ ਚੌਕੜੀ ਮਾਰ ਕੇ ਬੈਠ ਗਏ। ਪੰਡਿਤ ਜੀ ਬੋਲੇ, ਕਹਿੰਦੇ ਬੋਲ ਜੱਟਾ ਮਿਸ਼ਟਾ ਦਾਨ ਸਵਾਹਾ। ਹੁਣ ਮਿਸ਼ਟਾ ਕਹਿੰਦੇ ਮਿੱਠੇ ਨੂੰ, ਸਵਾਹਾ ਕਹਿੰਦੇ ਸਵਾ ਗੁਣਾ ਨੂੰ। ਅਤੇ ਜੱਟ ਨੇ ਨਕਲ ਮਾਰੀ, ਕਹਿੰਦਾ ਬੋਲ ਜੱਟਾ ਮਿਸ਼ਟਾ ਦਾਨ ਸਵਾਹਾ। ਉਹ ਪੰਡਿਤ ਜੀ ਕਹਿੰਦੇ ਓਏ ਭਲਿਆ ਮਾਨਸਾ, ਤੂੰ ਬੋਲ ਜੱਟਾ ਨਹੀਂ ਕਹਿਣਾ। ਜੱਟ ਕਹਿੰਦਾ ਓਏ ਭਲਿਆ ਮਾਨਸਾ, ਤੂੰ ਬੋਲ ਜੱਟਾ ਨਹੀਂ ਕਹਿਣਾ। ਪੰਡਿਤ ਕਹਿੰਦਾ ਤੂੰ ਪਾਗਲ ਹੈ। ਜੱਟ ਕਹਿੰਦਾ ਤੂੰ ਪਾਗਲ ਹੈ। ਪੰਡਿਤ ਜੀ ਨੂੰ ਗੁੱਸਾ ਆਇਆ, ਉਹਨੇ ਘਸੁੰਨ ਮਾਰਤਾ। ਜੱਟ ਨੇ ਸੋਚਿਆ ਹੁਣ ਮੇਰੀ ਵਾਰੀ ਆ, ਉਹਨੇ ਵੀ ਤਾੜ ਕਰਦਾ ਘਸੁੰਨ ਮਾਰਤਾ। ਪੰਡਿਤ ਜੀ ਨੇ ਜੱਟ ਢਾ ਲਿਆ ਤੇ ਜੱਟ ਢਹਿ ਗਿਆ ਵੀ ਇਹ ਸ਼ਾਇਦ ਰਸਮੀ ਹੋਣੀ ਆ। ਪੰਡਿਤ ਜੀ ਨੇ 5-7 ਘਸੁੰਨ ਮਾਰੇ। ਜਦੋਂ ਪੰਡਿਤ ਜੀ ਥੱਕ ਗਏ, ਜੱਟ ਨੇ ਸੋਚਿਆ ਹੁਣ ਮੇਰੀ ਵਾਰੀ ਆ, ਉਹਨੇ ਪਲਟੀ ਮਾਰ ਕੇ ਪੰਡਿਤ ਜੀ ਢਾ ਲਏ। ਉਹਨੇ ਵੀ ਟਕਾ ਟਕਾ ਕੇ ਉਹੀ 7 ਘਸੁੰਨ ਮਾਰੇ। ਪੰਡਿਤ ਜੀ ਸਿਆਣੇ ਸੀ, ਉਹਨਾਂ ਨੇ ਸੋਚਿਆ ਵੀ ਇਹ ਗੁੱਸਾ ਨਹੀਂ ਕਰਦਾ, ਨਕਲ ਕਰਦਾ, ਜੋ ਮੈਂ ਕਰੀ ਜਾਂਦਾ ਇਹ ਕਰੀ ਜਾਂਦਾ। ਪੰਡਿਤ ਜੀ ਨੇ ਫਿਰ ਸਿਆਣਪ ਨਾਲ ਕਹਿੰਦੇ ਵੀ ਬਸ ਬਸ ਬਸ। ਤੇ ਜੱਟ ਉੱਤੇ ਬੈਠੇ ਕਹਿੰਦਾ ਵੀ ਬਸ ਬਸ ਬਸ। ਦੋਵੇਂ ਉੱਠ ਕੇ ਖੜੇ ਹੋ ਗਏ, ਕੱਪੜੇ ਕੁੱਪੜੇ ਝਾੜੇ। ਪੰਡਿਤ ਜੀ ਕਹਿੰਦੇ ਹਰੀ ਓਮ ਹਰੀ ਓਮ। ਜੱਟ ਕਹਿੰਦਾ ਸ਼ੁਕਰ ਕਰੋ ਪੰਡਿਤ ਜੀ, ਇਹ ਤਾਂ ਸਰਾਧਣੀ ਸੀ, ਜੇ ਸਰਾਧ ਹੁੰਦਾ ਅੱਜ ਇੱਕ ਕਤਲ ਹੋ ਜਾਣਾ ਸੀ, ਕਿਉਂਕਿ ਅਸੀਂ ਕਤਲ ਕਰਨ ਨੂੰ ਸ਼ੇਰ ਹਾਂ। ਕਹਿੰਦਾ ਜੇ ਸਰਾਧਣੀ 'ਚ ਇੰਨੇ ਘਸੁੰਨ ਮੁੱਕੇ ਵਾਹੁਣੇ ਪਏ, ਤੇ ਸਰਾਧ ਦੀ ਤਾਂ ਬਹੁਤ ਵੱਡੀ ਕੁੱਟ।